ਪਿਆਰੇ ਦਰਸ਼ਕੋ, ਸਮੇਂ ਸਮੇਂ ਅਸੀਂ ਤੁਹਾਨੂੰ ਅਹਿਮ ਸ਼ਖਸੀਅਤਾਂ ਦੇ ਰੂਬਰੂ ਕਰਦੇ ਹਾਂ ਅਤੇ ਉਹਨਾਂ ਦੇ ਤਜਰਬੇ ਜਿਹੜੇ ਜ਼ਿੰਦਗੀ ਦੇ ਹੁੰਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅੱਜ ਇਸੇ ਸਿਲਸਿਲੇ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਸਾਡੇ ਸਟੂਡੀਓ ਵਿੱਚ ਡਾਕਟਰ ਪਰਵਿੰਦਰ ਸਿੰਘ ਪਸਰੀਚਾ ਜੀ ਆਏ ਹਨ, ਜਿਹੜੇ ਕਿ ਮਹਾਰਾਸ਼ਟਰ ਦੇ ਪੁਲਿਸ ਮੁਖੀ ਰਹੇ ਨੇ, ਮੁੰਬਈ ਦੇ ਪੁਲਿਸ ਮੁਖੀ ਰਹੇ ਨੇ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਉਹ ਸੀਨੀਅਰ ਪੁਲਿਸ ਅਫਸਰ ਵਜੋਂ ਆਪਣਾ ਰੋਲ ਨਿਭਾਉਂਦੇ ਰਹੇ ਆ ਔਰ ਉਸ ਸਮੇਂ ਦੌਰਾਨ ਮਹਾਰਾਸ਼ਟਰ ਦੇ ਵਿੱਚ ਅਮਨ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਵਿੱਚ, ਬਿਹਤਰ ਪੁਲਿਸ ਸੇਵਾਵਾਂ ਦੇਣ ਵਿੱਚ ਉਹਨਾਂ ਨੇ ਵੱਡਾ ਹਿੱਸਾ ਪਾਇਆ। ਇਸੇ ਕਰਕੇ ਉਹਨਾਂ ਨੂੰ ਪ੍ਰੈਜ਼ੀਡੈਂਟ ਦਾ ਅਵਾਰਡ ਮਿਲਿਆ, ਇੰਡੀਅਨ ਪੁਲਿਸ ਦਾ ਅਵਾਰਡ ਮਿਲਿਆ ਅਤੇ ਇਸ ਤੋਂ ਇਲਾਵਾ ਉਹ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨਾਲ ਸੰਬੰਧਿਤ ਰਹੇ ਨੇ, ਉਹਦੇ ਚੇਅਰਮੈਨ ਰਹੇ ਨੇ ਅਤੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਕਾਇਆਕਲਪ ਕਰਨ ਅਤੇ ਸਮੁੱਚੇ ਤੌਰ 'ਤੇ ਨੰਦੇੜ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਉਸਾਰੀਆਂ ਕਰਵਾਉਣ ਦੇ ਵਿੱਚ ਉਹਨਾਂ ਨੇ ਵੱਡਾ ਰੋਲ ਅਦਾ ਕੀਤਾ। ਇਸੇ ਕਰਕੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵਿਕਾਸ ਪੁਰਸ਼ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਸੀਗਾ ਅਤੇ ਉਹ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ। ਡਾਕਟਰ ਪਰਵਿੰਦਰ ਸਿੰਘ ਪਸਰੀਚਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ ਆਇਆਂ ਨੂੰ ਜੀ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਪੁਲਿਸ ਵਿਭਾਗ ਵਿੱਚ ਤੁਹਾਡਾ ਲੰਮਾ ਤਜਰਬਾ ਰਿਹਾ, ਉਹਦੇ 'ਚ ਬਹੁਤ ਸਾਰੇ ਨਵੇਂ ਤੁਸੀਂ ਕੰਮ ਕੀਤੇ ਆ, ਆਪਣੇ ਜਿਹੜੇ ਫਰਜ਼ ਆ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਏ ਆ ਕਿ ਦੇਸ਼ ਭਰ 'ਚ ਉਹਦੀ ਚਰਚਾ ਹੁੰਦੀ ਰਹੀ ਹੈ। ਅਤੇ ਇਸ ਸੰਬੰਧ 'ਚ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗਾ ਕਿ ਜਿਹੜਾ ਅੱਜ ਦੀਆਂ ਸਥਿਤੀਆਂ 'ਚ ਪੁਲਿਸ ਦੀ ਜਿਹੜੀ ਵਿਵਸਥਾ ਆ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਅਤੇ ਇਹਦੇ ਵਿੱਚ ਹੋਰ ਕੀ ਸੁਧਾਰ ਹੋ ਸਕਦਾ। ਮੈਨੂੰ 38 ਸਾਲ ਮੈਨੂੰ IPS ਵਿੱਚ ਮੈਨੂੰ ਮਿਲੇ, ਹਾਂਜੀ, ਅਤੇ ਕਾਫੀ ਡਿਫਰੈਂਟ ਆਰਗਨਾਈਜੇਸ਼ਨ ਦੇ ਵਿੱਚ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ। ਮੈਂ ਦੇਖਿਆ ਹੈਗਾ ਕਿ ਵੈਲਿਊ ਜਿਹੜਾ ਸਿਸਟਮ ਹੈਗਾ, ਹਾਂਜੀ, ਉਹ ਹੌਲੀ ਹੌਲੀ ਨਾ ਨੈਗੇਟਿਵ ਹੁੰਦਾ ਜਾ ਰਿਹਾ, ਕੱਟਦਾ ਜਾ ਰਿਹਾ। ਹਾਂਜੀ, ਉਹ ਪਰ ਸਿਰਫ ਪੁਲਿਸ ਨਾਲ ਨਹੀਂ ਹੈ, ਹਰੇਕ ਡਿਪਾਰਟਮੈਂਟ ਵਿੱਚ ਹੀ ਜਿਹੜੀ ਵੈਲਿਊ ਸਿਸਟਮ ਹੈ, ਜਿਹਨੂੰ ਸੰਸਕਾਰ, ਜਿਹੜੀ ਬੰਦੇ ਨੂੰ ਜੋ ਕਰਨੀ ਚਾਹੀਦੀ ਹੈ ਪ੍ਰਤਿਭਾਵਾਂ, ਉਹ ਘਟਦੀਆਂ ਜਾ ਰਹੀਆਂ ਨੇ ਕਿਉਂਕਿ ਪੋਲੀਟਿਕਸ ਵੀ ਆ ਗਈ ਹਰ ਜਗ੍ਹਾ ਜਗ੍ਹਾ 'ਤੇ। ਪਹਿਲਾਂ ਇੰਨੀ ਨਹੀਂ ਸੀ, ਪਰ ਜਦੋਂ ਦੀ ਕੋਲੀਸ਼ਨ ਗੌਰਮੈਂਟ ਦੇ ਰੂਪ ਵਿੱਚ ਸਰਕਾਰਾਂ ਆਉਣੀ ਸ਼ੁਰੂ ਹੋ ਗਈਆਂ, ਉਦੋਂ ਫਿਰ ਪੋਲੀਟੀਸਾਈਜੇਸ਼ਨ ਜਿਹੜੀ ਸੀ ਉਹ ਬਹੁਤ ਜ਼ਿਆਦਾ ਆ ਗਈ, ਉਹਦੇ ਕਰਕੇ ਫਿਰ ਕਰਪਸ਼ਨ ਵੱਧ ਜਾਂਦੀ ਹੈ। ਪਹਿਲਾਂ ਕਰਪਸ਼ਨ ਛੋਟੀ ਮੋਟੀ ਹੁੰਦੀ ਸੀ, ਇੰਡੀਵਿਜੁਅਲ ਹੁੰਦੀ ਸੀ, ਫਿਰ ਹੌਲੀ ਹੌਲੀ ਫਿਰ ਇੰਸਟੀਟਿਊਸ਼ਨਲਾਈਜ਼ ਹੋ ਜਾਂਦੀ ਹੈ, ਜਿਹਦੇ ਵਿੱਚ ਲੋਅਰ ਤੋਂ ਉੱਪਰ ਰੈਂਕ ਤੱਕ ਪੂਰੇ ਉਦੋਂ ਉਸ ਟਾਈਪ ਦੇ ਇਕੱਠੇ ਹੋ ਜਾਂਦੇ ਨੇ। ਤੋ ਉਹਦੇ ਕਰਕੇ ਜਿਹੜਾ ਪੁਲਿਸ ਜਿਹੜੀ ਇੱਕ ਯੂਨੀਫਾਰਮ ਸਰਵਿਸ ਹੈਗੀ ਹੈ, ਹਾਂਜੀ, ਉਹਦਾ ਜਿਹੜਾ ਹਾਇਰਾਰਕੀ ਹੈ, ਉਹਦਾ ਜਿਹੜਾ ਕਮਾਂਡ ਕੰਟਰੋਲ ਹੈਗਾ ਸਿਸਟਮ, ਉਹ ਟੁੱਟ ਜਾਂਦਾ ਹੈਗਾ ਅਤੇ ਫਿਰ ਲੋਕ ਨਾ ਇਹਦੇ ਕਿ ਆਪਣੇ ਸੀਨੀਅਰ ਅਫਸਰ ਦੀ ਜਾਣ ਦੇ ਬਜਾਏ ਇੱਧਰ ਉੱਧਰ ਫਿਰ ਮੂੰਹ ਮਾਰਨ ਲੱਗ ਪੈਂਦੇ ਹੈਗੇ ਨੇ, ਵਿੱਚ ਸੂਟ ਦਾ ਪੋਲੀਟੀਸ਼ੀਅਨ ਆਲਸੋ। ਹਾਂਜੀ ਹਾਂਜੀ, ਅਤੇ ਇੱਕ ਇਹ ਚੀਜ਼ ਦੇ ਉੱਤੇ ਬੜੀ ਹੀ ਜ਼ਰੂਰਤ ਹੈ, ਜੇ ਤੁਸੀਂ ਇੱਕ ਅੱਛਾ ਸਿਸਟਮ ਚਾਹੁੰਦੇ ਹੋ ਤਾਂ ਇੱਕ ਉਹਦੇ ਵਿੱਚ ਸਾਨੂੰ ਇੱਕ ਐਸਾ ਸੈਟਅਪ ਕਰਨਾ ਚਾਹੀਦਾ, ਕਲੀਨ ਟਰਾਂਸਪੇਰੈਂਟ ਸਿਸਟਮ ਗਵਰਨੈਂਸ ਦਾ, ਜਿਹਦੇ ਵਿੱਚ ਸਭ ਪੁਲਿਸਮੈਨ, ਸਾਰੇ ਆਫਿਸਰਸ, ਪੂਰੇ ਪੋਲੀਟੀਸ਼ੀਅਨ ਜ਼ਰੂਰ ਹੈ ਕਿਉਂਕਿ ਐਗਜ਼ੀਕਿਊਟਿਵ ਹੈ, ਦੇ ਹੈਵ ਟੂ ਬੀ ਦੇਅਰ, ਉਹਨਾਂ ਨੂੰ ਜ਼ਿੰਮੇਵਾਰੀ ਉਹਨਾਂ ਦੀ ਹੈਗੀ, ਉਹਨਾਂ ਨੇ ਰਿਪਲਾਈ ਕਰਨਾ ਲੋਕਾਂ ਨੂੰ, ਬੀਂਗ ਪਬਲਿਕ ਰਿਪ੍ਰੈਜੈਂਟੇਟਿਵ। ਲੇਕਿਨ ਜਿਹੜੀ ਜਨਰਲ ਇੰਟਰਫੇਰੈਂਸ ਹੈਗੀ ਹੈ ਉਹ ਬੰਦ ਹੋ ਜਾਣੀ ਚਾਹੀਦੀ ਹੈ, ਸਿਰਫ ਪੋਲਿਸੀ ਡਿਸੀਜਨ ਜਿਹੜੀ ਹੈਗੀਆਂ ਨੇ ਉਹ ਦੇ ਕੇ ਫਿਰ ਲੈਟ ਦਾ DG ਐਂਡ ਦਾ SPs ਐਂਡ ਅਦਰ ਪੀਪਲ ਡਿਸਾਈਡ। ਦੂਸਰਾ ਹੈਗਾ ਟ੍ਰੇਨਿੰਗ ਦਾ ਅਭਾਵ ਬੜਾ ਹੋ ਗਿਆ ਹੈਗਾ, ਟ੍ਰੇਨਿੰਗ ਜਿਹੜੀ ਇੱਕ ਮਾਡਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਪੁਲਿਸ ਵਿੱਚ ਐਂਟਰ ਕੀਤਾ ਸੀ ਉਦੋਂ ਸਿਰਫ ਕ੍ਰਾਈਮ ਮੈਨੇਜਮੈਂਟ, ਕ੍ਰਾਈਮ ਕੰਟਰੋਲ ਹੀ ਮੇਨ ਜ਼ਿਆਦਾ ਹੁੰਦਾ ਸੀ, ਆ ਲਾਅ ਐਂਡ ਆਰਡਰ, ਲੇਬਰ ਪ੍ਰੋਬਲਮ। ਬਾਅਦ ਦੇ ਵਿੱਚ ਇੰਨੀਆਂ ਚੀਜ਼ਾਂ ਵੱਧ ਗਈਆਂ, ਟ੍ਰੈਫਿਕ ਪ੍ਰੋਬਲਮ ਬਿਕੇਮ ਆ ਵੈਰੀ ਮੇਜਰ ਇਸ਼ੂ, ਨਾਰਕੋਟਿਕਸ ਇਸ਼ੂ ਆ ਗਿਆ, ਉਹਦੇ ਬਾਅਦ ਫਿਰ ਟੈਰੋਰਿਜ਼ਮ, ਸਕਿਉਰਿਟੀ ਮੈਨੇਜਮੈਂਟ, ਉਹਦੀਆਂ ਚੀਜ਼ਾਂ ਆ ਗਈਆਂ, ਇੰਟੈਲੀਜੈਂਸ ਸਿਸਟਮ ਡਿਫਰੈਂਟ ਹੋ ਗਏ। ਤਾਂ ਉਹਦੇ ਹਿਸਾਬ ਦੇ ਨਾਲ ਜਿਹੜੀ ਇੱਕ ਸਪੈਸ਼ਲਾਈਜ਼ ਟ੍ਰੇਨਿੰਗ ਦੇਣੀ ਚਾਹੀਦੀ ਹੈ, ਤਾਂ ਕਿ ਜਿਸ ਤਰ੍ਹਾਂ ਕ੍ਰਾਈਮ ਮਾਫੀਆ ਜਾਂ ਟੈਰੋਰਿਸਟ ਜਾਂ ਜੋ ਵੱਡੋੜੀਆਂ ਹੋਰ ਇਹੋ ਜਿਹੀਆਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ, ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਵਧਾਉਂਦੇ ਨੇ, ਉਹਦੇ ਹਿਸਾਬ ਦੇ ਨਾਲ ਇਹਨਾਂ ਨੂੰ ਵੀ ਟ੍ਰੇਨਿੰਗ ਨਾਲੋਂ ਨਾਲ ਦੇਣੀ ਚਾਹੀਦੀ ਹੈ। ਸਾਈਬਰ ਟ੍ਰੇਨਿੰਗ, ਟ੍ਰੈਫਿਕ ਟ੍ਰੇਨਿੰਗ, ਉਹ ਚੀਜ਼ਾਂ ਦੀ ਉਹਦੀ ਬਹੁਤ ਜ਼ਰੂਰੀ ਹੈਗੀਆਂ ਨੇ। ਆਈ ਅੰਡਰਸਟੈਂਡ ਕਿ ਉਹਦੇ ਵਾਸਤੇ ਪੈਸਾ ਲੱਗਦਾ ਹੈਗਾ, ਪਰ ਦੈਨ ਉਹ ਪੈਸਾ ਦੇਣਾ ਹੀ ਚਾਹੀਦਾ, ਕਿਉਂਕਿ ਅਲਟੀਮੇਟਲੀ ਅਗਰ ਜਿਸ ਤਰ੍ਹਾਂ ਸਾਡਾ ਦੇਸ਼ ਹੁਣ ਅੱਗੇ ਵੱਧ ਰਿਹਾ, ਹਾਂਜੀ ਹਾਂਜੀ,
ਤਾਂ ਦੇਸ਼ ਤਾਂ ਪ੍ਰਗਤੀ ਤਾਂ ਹੀ ਕਰੇਗਾ ਕਿ ਅਗਰ ਇੱਕ ਸਿਕਿਓਰਡ ਐਟਮੋਸਫੀਅਰ ਹੋਏਗਾ, ਇੱਕ ਬਿਲਕੁਲ ਬੜਾ ਸ਼ਾਂਤੀ ਵਾਲਾ ਜਿੱਥੇ ਲੋਕ ਆਪਣਾ ਫਰੀਲੀ ਜਾ ਸਕਣ, ਮੂਵ ਕਰ ਸਕਣ, ਹਾਂਜੀ, ਅਤੇ ਉਹਦੇ ਲਈ ਕੁਛ ਤਾਂ ਪੈਸਾ ਦੇਣਾ ਹੀ ਪਏਗਾ, ਉਹ ਤਾਂ ਦਿਸ ਇਜ਼ ਥਰਡ ਹੈ ਕਿ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਮੈਂ ਦੇਖ ਰਿਹਾ ਕਿ ਜੋ ਇੱਕ ਪੇ ਸਕੇਲ ਹੈ, ਡਿਊਟੀ ਤਾਂ 14-14, 16-16 ਘੰਟੇ ਕਰਨੀ ਪੈਂਦੀ ਹੈ, ਲੇਕਿਨ ਉਹਨਾਂ ਨੂੰ ਤਾਂ ਕੋਈ ਵਿਚਾਰਿਆਂ ਨੂੰ, ਕਈ ਨੂੰ ਛੁੱਟੀਆਂ ਵੀ ਨਹੀਂ ਮਿਲਦੀਆਂ, ਕਈ ਸਾਲ ਵਿੱਚ ਜਿਹੜੀ ਲੀਵ ਹੁੰਦੀ ਹੈ ਉਹ ਵੀ ਆਮ ਤੌਰ 'ਤੇ ਕੈਂਸਲ ਹੋ ਜਾਂਦੀ, ਹਰ ਵਾਰੀ ਕੁਛ ਨਾ ਕੁਛ ਹੁੰਦਾ ਰਹਿੰਦਾ। ਹਾਂਜੀ, ਉਹਦੇ ਕਰਕੇ ਜਿਹੜਾ ਦੇ ਮੈਂਟਲ ਪ੍ਰੈਸ਼ਰ ਹੈਗੇ ਆ ਉਹ ਬੜੇ ਵੱਧਦੇ ਆ। ਹਾਂਜੀ, ਜਦੋਂ ਸਵੇਰੇ ਉਹਨਾਂ ਦੇ ਬੱਚੇ ਉੱਠਦੇ ਨੇ, ਉਹਨਾਂ ਦੇ ਫਾਦਰ ਚਲਾ ਗਿਆ ਹੋਇਆ ਡਿਊਟੀ 'ਤੇ, ਹਾਂਜੀ, ਰਾਤੀ ਆਉਂਦੇ ਨੇ ਉਦੋਂ ਬੱਚੇ ਸੋ ਗਏ ਹੁੰਦੇ ਨੇ, ਹਾਂਜੀ, ਅਤੇ ਇੱਕ ਉਹ ਸਿਸਟਮ ਐਸਾ ਜਿਹਦੇ ਵਿੱਚ ਉਹਦੀ ਟੈਂਸ਼ਨ ਜਿਹੜੀ ਹੈਗੀ ਹੈ, ਪਰਿਵਾਰ ਨਾਲ ਉਹਨਾਂ ਦਾ ਸੰਪਰਕ ਨਹੀਂ ਰਹਿੰਦਾ, ਉਹ ਟੈਂਸ਼ਨ ਜਿਹੜੀ ਹੈਗੀ ਉਹ ਫਿਰ ਤੁਹਾਡੇ ਫਿਰ ਬਿਹੇਵੀਅਰ 'ਤੇ, ਤੁਹਾਡੇ ਕੰਡਕਟ 'ਤੇ ਆਉਂਦੀ ਹੈਗੀ ਹੈ। ਹਾਂਜੀ ਹਾਂਜੀ, ਬਿਲਕੁਲ। ਤੋ ਅਗਰ ਤੁਸੀਂ ਚਾਹੁੰਦੇ ਹੋ ਕਿ ਇੱਕ ਐਸਾ ਕਲੀਨ ਹੋਵੇ ਤਾਂ ਯੂ ਹੈਵ ਟੂ ਵਰਕ ਆਊਟ ਏ ਪ੍ਰੋਪਰ ਸਿਸਟਮ। ਹਾਂਜੀ, ਉਸ ਤਰ੍ਹਾਂ ਉਹਨੂੰ ਜਿਹੜੀ ਹਾਊਸਿੰਗ ਹੈਗੀ ਘਰ, ਹਾਂਜੀ, ਟੁੱਟੇ ਫੁੱਟੇ ਘਰ, ਪਾਣੀ ਲੀਕ ਹੋ ਰਿਹਾ, ਰਹਿਣ ਦੀ ਜਗ੍ਹਾ ਨਹੀਂ ਹੈ, ਉਹ ਸਭ ਚੀਜ਼ਾਂ ਦਾ ਸਾਈਕੋਲੋਜੀਕਲ ਜਿਹੜਾ ਪ੍ਰੈਸ਼ਰ ਆਉਂਦਾ ਹੈਗਾ, ਹੁਣ ਡਿਸਿਪਲਨ ਫੋਰਸ ਹੈ, ਉਹਨਾਂ ਨੂੰ ਹਾਂ ਹਾਂ ਯੈਸ ਸਰ ਕਰਨਾ ਪੈਂਦਾ, ਪਰ ਅੰਦਰੋਂ ਦਿਲ ਟੁੱਟੇ ਹੋਏ ਨੇ, ਅਤੇ ਉਹਦੇ ਕਰਕੇ ਉਹਦਾ ਬੜਾ ਜਿਹੜਾ ਨਾ ਹਾਊ ਦੇ ਕੰਡਕਟ ਵਿਦ ਦਾ ਕਾਮਨ ਮੈਨ, ਉਹਦਾ ਫਿਰ ਇੱਕ ਵਿਸ਼ੇ ਸਰਕਲ ਹੈ। ਹੁਣ ਪਬਲਿਕ ਤੁਹਾਨੂੰ ਸਭ ਨੂੰ ਅੱਛੀ ਹੈਲਪ ਕਰ ਸਕਦੀ ਹੈਗੀ ਹੈ, ਮੇਰਾ ਐਕਸਪੀਰੀਅੰਸ ਰਿਹਾ ਮਹਾਰਾਸ਼ਟਰਾ ਵਿੱਚ, ਅਗਰ ਪਬਲਿਕ ਤੁਹਾਡੇ ਨਾਲ ਹੈ, ਹਾਂਜੀ, ਆਈ ਯੂ ਕੈਨ ਡੂ ਐਨੀਥਿੰਗ, ਉਹ ਤੁਹਾਨੂੰ ਬੈਸਟ ਇਨਫੋਰਮੇਸ਼ਨ ਦੇਣਗੀਆਂ, ਤੁਹਾਡੀਆਂ ਹਰ ਚੀਜ਼ਾਂ ਦੀ ਪ੍ਰੋਬਲਮ ਸੋਲਵ ਕਰਨਗੀਆਂ, ਈਵਨ ਕਈ ਚੀਜ਼ਾਂ ਅਸੀਂ ਸਪੋਂਸਰ ਕਰਾ ਲੈਂਦੇ ਸੀ, ਲੋਕ ਕਹਿੰਦੇ ਅਸੀਂ ਪੈਸਾ ਖਰਚਾਂਗੇ, ਚੀਜ਼ਾਂ ਬਣਾ ਲਾਂਗੇ, ਹਾਂਜੀ, ਲੇਕਿਨ ਪਬਲਿਕ ਤੁਹਾਡੇ ਨਾਲ ਕਦੋਂ ਆਏਗੀ? ਹਾਂਜੀ, ਜਦੋਂ ਤੁਹਾਡਾ ਉਹਨਾਂ ਦੇ ਉੱਪਰ ਤੁਹਾਡੇ ਬਾਰੇ ਵਿਸ਼ਵਾਸ ਹੋਏਗਾ। ਹਾਂਜੀ, ਉਹ ਵਿਸ਼ਵਾਸ ਕਦੋਂ ਹੋਏਗਾ? ਜਦੋਂ ਥਾਣੇ ਵਿੱਚ ਤੁਹਾਨੂੰ ਆਮ ਬੰਦੇ ਨੂੰ ਉੱਥੇ ਕੀ ਕਿਸ ਤਰ੍ਹਾਂ ਉਹਨੂੰ ਬਿਹੇਵੀਅਰ ਉਹਦਾ ਹੈਗਾ, ਥਾਣੇਦਾਰ ਦਾ, ਆਰਡਨਰੀ ਹੈੱਡ ਕਾਂਸਟੇਬਲ ਦਾ ਉਹਦਾ ਪ੍ਰਭਾਵ ਇੱਥੇ ਪਏਗਾ। ਅਗਰ ਉਹ ਅੱਛਾ ਹੈਗਾ, ਉਹ 10 ਬੰਦੇ ਨੂੰ ਹੱਥ ਜਾ ਕੇ ਦੱਸੇਗਾ, ਰਿਹਾ ਜੋ ਅਸੀਂ ਸਮਝਦੇ ਸੀ ਉਹ ਜਿਹੜੀ ਤਾਂ ਬਹੁਤ ਡਿਫਰੈਂਟ ਲੋਕ ਨੇ, ਹਾਂਜੀ, ਉਹ ਪਏਗਾ, ਉਹਦੇ ਕਰਕੇ ਫਿਰ ਚੀਜ਼ਾਂ ਵਧਣ ਲੱਗ ਪੈਣਗੀਆਂ, ਉਹਨਾਂ ਦਾ ਵਿਸ਼ਵਾਸ ਆਏਗਾ, ਉਹ ਤੁਹਾਡੇ ਨੇੜੇ ਆਉਣਗੇ। ਹਾਂਜੀ, ਤਾਂ ਵੀ ਹੈਵ ਟੂ ਗੋ ਟੂ ਦਾ ਪਬਲਿਕ, ਹਾਂਜੀ, ਉਹ ਵਿਸ਼ਵਾਸ ਜਿਤਾਉਣ ਲਈ, ਜੇ ਅਸੀਂ ਇੱਕ ਸਟੈਪ ਲਾਂਗੇ ਉਹ ਤਾਂ ਵੀ ਸੋਚਣਗੇ, ਜੇ 10 ਸਟੈਪ ਲਾਂਗੇ ਤਾਂ ਪਬਲਿਕ ਇੱਕ ਸਟੈਪ ਲਏਗੀ, ਪਰ ਇੱਕ ਵਾਰੀ ਕੌਨਫੀਡੈਂਸ ਬਣ ਗਿਆ ਫਿਰ ਤੁਹਾਡੇ ਨਾਲ ਜੁੜ ਜਾਏਗੀ, ਤੁਹਾਡੀਆਂ ਕਈ ਪ੍ਰੋਬਲਮ ਜਿਹੜੀਆਂ ਨੇ ਹੱਲ ਹੋ ਸਕਦੀਆਂ ਨੇ। ਸੋ ਦਿਸ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ। ਇਹ ਤਾਂ ਬਹੁਤ ਅੱਛੀ ਤੁਸੀਂ ਗੱਲ ਕਹੀ ਹੈ। ਤੁਸੀਂ ਕੀ ਇਹ ਮਹਿਸੂਸ ਨਹੀਂ ਕਰਦੇ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ 24 ਘੰਟੇ ਚੱਲੀ ਆ ਰਹੀ ਹੈ? ਅੱਜ ਲੋੜ ਨਹੀਂ ਹੈ ਕਿ ਉਹਨਾਂ ਦੀ ਡਿਊਟੀ ਜਿਹੜੀ ਆ, ਖਾਸ ਕਰਕੇ ਜਿਹੜੀ ਜਿਹੜੇ ਪੁਲਿਸ ਦੇ ਹੇਠਲੇ ਕੇਡਰ ਦੇ ਲੋਕ ਆ, ਇਹ ਜਿਹੜੇ ਫੀਲਡ 'ਚ ਕੰਮ ਕਰਦੇ ਆ, ਉਹਨਾਂ ਦੀ ਡਿਊਟੀ ਜਿਹੜੀ 8 ਘੰਟੇ ਨਿਰਧਾਰਿਤ ਕੀਤੀ ਜਾਏ? ਦੇਖੋ, ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਉਹਨਾਂ ਨੂੰ ਰਹਿਣ ਸਹਿਣ ਦੀਆਂ ਬਿਹਤਰ ਸਹੂਲਤਾਂ ਦਿੱਤੀਆਂ ਜਾਣ। ਬਿਲਕੁਲ ਨਹੀਂ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਬ੍ਰਿਟਿਸ਼ ਟਾਈਮ ਸੀ ਉਦੋਂ ਪੁਲਿਸ ਵਾਜ ਯੂਜ਼ ਐਜ਼ ਅ ਵੈਪਨ। ਹਾਂਜੀ, ਵੀ ਰੈਵਨਿਊ ਕਲੈਕਟ ਕਰਨਾ, ਉਹ ਕਰਨਾ, ਅਤੇ ਲੋਕਾਂ ਨੂੰ ਆਪਣਾ ਫਰੀਡਮ ਸਟਰਗਲ ਨੂੰ ਕਰਵ ਕਰਨਾ, ਤੋੜਨਾ, ਉਹਦੇ ਲਈ ਯੂਜ਼ ਹੁੰਦੀ ਰਹੀ, ਅਤੇ ਉਹ ਲਾਠੀ ਉਹੀ ਉਹ ਯੂਨੀਫਾਰਮ ਦਿਖਦੀ ਰਹੀ। ਹਾਂਜੀ, ਅੱਜ ਦਾ ਜਿਹੜਾ ਟਾਈਮ ਹੈਗਾ ਉਹ ਬਹੁਤ ਡਿਫਰੈਂਟ ਹੈ। ਹਾਂਜੀ, ਜਿੱਥੇ ਕਾਮਨ ਮੈਨ ਨੂੰ ਲੱਗੇ ਇਹ ਮੇਰਾ ਦੋਸਤ ਹੈ, ਹਾਂਜੀ, ਅਤੇ ਬਾਹਰ ਦੇ ਗੁੰਡੇ ਨੂੰ ਲੱਗੇ ਕਿ ਯਾਰ ਇੱਥੋਂ ਡਰ ਕੇ ਰਹੋ, ਅਤੇ ਉਹ ਇੱਕ ਉਹ ਬੈਲੈਂਸ ਉਹ ਕਰਨਾ, ਅਤੇ ਨੈਚੁਰਲੀ ਉਹਨਾਂ ਦੇ ਮੈਂਟਲ ਸਾਈਕੋਲੋਜੀਕਲ ਜਿਹੜੇ ਪ੍ਰੈਸ਼ਰ ਨੇ ਉਹਨਾਂ ਨੂੰ ਠੀਕ ਕਰਨ ਲਈ 8-10 ਘੰਟੇ ਤੱਕ ਵੀ ਚੱਲ ਸਕਦੀ ਡਿਊਟੀ। ਆਈ ਕੈਨ ਅੰਡਰਸਟੈਂਡ ਕਿ ਇੱਕਦਮ 8 ਘੰਟੇ ਕਰਨਾ ਬੜਾ ਮੁਸ਼ਕਲ ਹੋਏਗਾ, ਵੀ ਕੈਨ ਵਰਕਆਊਟ, ਕਮ ਸੇ ਕਮ ਮਹੀਨੇ 3 ਹੋਲੀਡੇ ਵੀ ਮਿਲ ਜਾਣ, ਅਗਰ ਹਰ ਹਫ਼ਤੇ ਨਹੀਂ, ਕਿਉਂਕਿ ਕਦੀ ਕੋਈ VIP ਆ ਗਿਆ, ਕਦੀ ਉਹ ਮੈਂ ਦੇਖਦਾ ਕੁਛ ਛੋਟੇ ਮੋਟੇ ਵੀ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਉਹ ਵੀ ਲੈ ਕੇ ਬੈਠੇ ਨੇ, ਉਹ ਪ੍ਰੈਸਟੀਜ ਇਸ਼ੂ ਬਣ ਗਿਆ, 2-4 ਬੰਦੇ ਬੰਦੂਕ ਵੱਲ ਉਹਨਾਂ ਦੇ ਨਾਲ, ਜਦਕਿ ਲੋੜ ਹੀ ਨਹੀਂ ਕਿਸੇ ਨੇ ਮਾਰਨਾ ਕੀ ਉਹਨਾਂ ਨੂੰ। ਉਹ ਜਿਹੀਆਂ ਜਿਹੜੀ ਚੀਜ਼ਾਂ ਨੇ ਉਹ ਬੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ, ਓਵਰ ਡਨ। ਕੋਈ ਜਾ ਰਿਹਾ ਇੱਕ ਬੰਦਾ, ਉੱਥੇ ਜ਼ਰੂਰਤ ਨਹੀਂ 30-35 ਪੁਲਿਸਮੈਨ ਖੜ੍ਹੇ ਹੋਣ, 3-4 ਵੀ ਸਫੀਸ਼ੈਂਟ, ਜਿੰਨਾ ਚਿਰ ਕੋਈ ਜੇ ਕੋਈ ਥ੍ਰੈਟ ਪਰਸੈਪਸ਼ਨ ਨਹੀਂ ਹੈਗਾ, ਪਰ ਤਾਂ ਵੀ ਉਹ ਬਣ ਗਿਆ ਪ੍ਰੈਸਟੀਜ ਇਸ਼ੂ, ਸਟੇਟਸ ਸਿੰਬਲ, ਉਹਦੇ ਕਰਕੇ ਇੰਨੀ ਵੇਸਟੇਜ ਹੋ ਰਹੀ ਹੈ। ਜਿਹੜੇ ਅਸਲੀ ਕੰਮ ਨੇ ਉਹਨਾਂ ਤੋਂ ਫਿਰ ਲੋਕਾਂ ਨੂੰ ਪੁਲਿਸਿੰਗ ਮਹੱਈਆ ਕਰਨੀ, ਬਿਲਕੁਲ। ਤੁਸੀਂ ਦੇਖੋ ਇੱਕ ਟ੍ਰੈਫਿਕ ਵਾਲੇ ਬੰਦੇ ਦਿਖਣਗੇ ਨਹੀਂ ਰੋਡ 'ਤੇ, ਕਿਉਂਕਿ ਉਹ ਡਿਊਟੀਆਂ ਕੁਛ ਹੋਰ ਤਰ੍ਹਾਂ ਦੀ ਨਿਭਾ ਰਹੇ ਨੇ। ਹਾਂਜੀ ਹਾਂਜੀ, ਤਾਂ ਆਈ ਥਿੰਕ ਇਟ ਹੈਜ਼ ਟੂ ਬੀ ਅ ਕਲੀਅਰ ਅੰਡਰਸਟੈਂਡਿੰਗ, ਜਿੱਥੇ ਕਲੀਨ ਪੋਲੀਟੀਸ਼ੀਅਨਸ ਠੀਕ ਸੋਚਣ ਦੇਸ਼ ਬਾਰੇ, ਸਮਾਜ ਬਾਰੇ, ਆਪਣੇ ਬਾਰੇ ਨਹੀਂ, ਇਹ ਸੋਚ ਕੇ ਕਿ ਮੈਂ 5 ਸਾਲ ਬਾਅਦ ਦੁਬਾਰਾ ਫਿਰ ਆਉਣਾ ਹੈ, ਉਹ ਛੱਡੋ, ਨਾ ਹੋ, ਲੇਕਿਨ ਇਹ ਮੇਰੀ ਜ਼ਿੰਮੇਦਾਰੀ ਹੈ ਦੇਸ਼ ਬਾਰੇ। ਹਾਂਜੀ, ਜਿਹਦੇ 'ਚ ਅਸੀਂ ਉਂਝ ਨਹੀਂ, ਸਾਡੀ ਸੋਚ ਬਦਲੇਗੀ, ਇਹ ਚੀਜ਼ਾਂ ਇਸ਼ੂ ਆਉਣੇ ਵਾਲੇ ਹੈਗੇ,
ਦੈਟਸ ਵੈਰੀ ਸੈਡ ਸਰ। ਸਮੇਂ ਦੇ ਨਾਲ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਜਿਹੜੀਆਂ ਪੁਲਿਸ ਲਈ ਪੈਦਾ ਹੋ ਗਈਆਂ ਸਾਰੇ ਦੇਸ਼ 'ਚ ਵੀ। ਉਹਦੇ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਨਸ਼ਿਆਂ ਦੀ ਤਸਕਰੀ ਆ, ਫਿਰ ਸਾਈਬਰ ਕ੍ਰਾਈਮ ਮਾਫੀਆ ਗਰੋਹ ਬਣ ਗਿਆ ਆ, ਇਹ ਸਾਈਬਰ ਕ੍ਰਾਈਮ ਬੜਾ ਵੱਧ ਗਿਆ। ਇਹਦੇ ਲਈ ਜਿਹੜੀ ਆ ਉਸ ਤਰ੍ਹਾਂ ਦੀ ਢੁੱਕਵੀਂ ਜਿਹੜੀ ਟ੍ਰੇਨਿੰਗ ਆ, ਕੀ ਉਹ ਭਾਰਤੀ ਪੁਲਿਸ ਦੇ ਵਿੱਚ ਵੱਖ ਵੱਖ ਰਾਜਾਂ 'ਚ ਉਹ ਦਿੱਤੀ ਜਾ ਰਹੀ ਆ, ਜਾਂ ਜਿਸ ਤਰ੍ਹਾਂ ਦਾ ਆਧੁਨਿਕ ਸਾਜ਼ੋ ਸਮਾਨ ਜਿਹੜਾ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨ ਅਤੇ ਉਹਨਾਂ ਤੋਂ ਸੂਚਨਾ ਹਾਸਲ ਕਰਨ ਲਈ ਇੰਟੈਰੋਗੇਸ਼ਨ ਲਈ ਚਾਹੀਦਾ, ਉਸ ਤਰ੍ਹਾਂ ਦਾ ਸਾਜ਼ੋ ਸਮਾਨ, ਉਸ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਪੁਲਿਸ ਨੂੰ ਮੁਹੱਈਆ? ਅਤੇ ਕਿਉਂਕਿ ਸਾਡੇ ਆਮ ਤੌਰ 'ਤੇ ਸਮਝਿਆ ਜਾਂਦਾ ਕਿ ਪੁਲਿਸ ਜਦੋਂ ਕਿਤੇ ਕੋਈ ਘਟਨਾ ਵਾਪਰ ਜਾਂਦੀ ਆ, ਜਿਹੜੀ ਇੰਡੀਅਨ ਪੁਲਿਸ, ਉਹ 2, 4, 5, 10 ਜਿਹੜੇ ਲੋਕ ਆ ਆਲੇ ਦੁਆਲੇ ਦੇ, ਜਾਂ ਜਿਹੜੇ ਉਹਨਾਂ ਨੂੰ ਹੁੰਦਾ ਕਿ ਰਿਕਾਰਡ 'ਚ ਬਦਨਾਮ ਕਿਸਮ ਦੇ ਲੋਕ ਆ, ਉਹਨਾਂ ਨੂੰ ਫੜਦੀ ਆ, ਥਰਡ ਡਿਗਰੀ ਯੂਜ਼ ਕਰਦੀ ਆ, ਵਿੱਚੋਂ ਜੇ ਕੋਈ ਦੋਸ਼ੀ ਲੱਭ ਜਾਣ ਤਾਂ ਠੀਕ ਆ, ਜੇ ਨਾ ਲੱਭਣ ਤਾਂ ਡਰਦੇ ਕਈ ਮੰਨ ਜਾਂਦੇ ਆ, ਅਤੇ ਬਾਅਦ 'ਚ ਅਦਾਲਤਾਂ 'ਚ ਜਾ ਕੇ ਪਤਾ ਲੱਗਦਾ ਕਿ ਉਹਨਾਂ ਨੇ ਕੁਛ ਕੀਤਾ ਨਹੀਂ ਸੀ, ਹੋਰ ਦੋਸ਼ੀ ਸਾਹਮਣੇ ਆ ਜਾਂਦੇ ਆ। ਸੋ ਇਹ ਕੀ ਅੱਜ ਜਿਸ ਤਰ੍ਹਾਂ ਦੀ ਵਿਗਿਆਨਕ ਆਧੁਨਿਕ ਜਿਹੜੀ ਤਕਨੀਕ ਜਿਹੜੀ ਆ ਪੁਲਿਸ ਨੂੰ ਕ੍ਰਾਈਮ 'ਤੇ ਰੋਕ ਲਾਉਣ ਲਈ, ਉਹਨਾਂ ਨੂੰ ਕੰਟਰੋਲ ਕਰਨ ਲਈ, ਜੇ ਕ੍ਰਾਈਮ ਸੀਰੀਅਸ ਹੋ ਜਾਂਦਾ ਉਹਦੀ ਇਨਵੈਸਟੀਗੇਸ਼ਨ ਲਈ, ਇਸ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ, ਸਿੱਖਿਆ, ਦੇਖਿਆ, ਸਮਾਨ ਜਿਹੜਾ ਪੁਲਿਸ ਨੂੰ ਮੁਹੱਈਆ ਹੈਗਾ? ਬਹੁਤ ਹੀ ਤੁਸੀਂ ਇੱਕ ਬੜਾ ਇੰਪੋਰਟੈਂਟ ਟੋਪਿਕ ਟੱਚ ਕਰ ਦਿੱਤਾ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ। ਮੈਂ ਟ੍ਰੇਨਿੰਗ ਦੇ ਵਿੱਚ ਇੰਡੀਆ ਇੰਡੀਅਨ ਪੁਲਿਸ ਨੂੰ 100 ਵਿੱਚੋਂ 55% ਮਾਰਕਸ ਦਿਆਂਗਾ। ਵੈਨ ਯੂ ਗੋ, ਤੁਸੀਂ ਜਾਓ ਯੂਰਪ, ਅਮੈਰੀਕਾ, ਜਪਾਨ ਵਗੈਰਾ, ਦੈਨ ਯੂ ਨੋ ਕਿਸ ਤਰ੍ਹਾਂ ਕਮਾਂਡ ਸੈਂਟਰ, ਕਿਸ ਤਰ੍ਹਾਂ ਚੀਜ਼ਾਂ ਪੂਰੀਆਂ ਇੰਟਰਕਨੈਕਟਿਡ ਹੈ, ਇੰਟੀਗ੍ਰੇਟਿਡ ਹੈ, CCTV ਕੈਮਰੇ ਲੱਗੇ ਹੋਏ ਨੇ, ਕੋਈ ਚੀਜ਼ ਅਨਯੂਜਲ ਆਈ ਸੋਫਟਵੇਅਰ ਵਿੱਚ ਹੈਗਾ ਕਿ ਕੋਈ ਐਕਸੀਡੈਂਟ ਹੋ ਗਿਆ, ਇਹ ਅਨਯੂਜਲ ਹੈ, ਆਮ ਤੌਰ 'ਤੇ ਨਹੀਂ ਹੁੰਦਾ, ਇਕਦਮ ਸਿਗਨਲ ਆ ਜਾਏਗਾ ਉੱਥੇ ਬਰਾਬਰ, ਫਿਰ ਉਹ ਸਾਰਾ ਐਕਟੀਵੇਟ ਹੋ ਕੇ ਜਿਹੜੀ ਨਜ਼ਦੀਕ ਜਿਹੜੀ ਪੁਲਿਸ ਦੀ ਗੱਡੀ ਉੱਥੇ ਚਲੇ ਗਈ, ਕੋਈ ਟੈਰਰਿਜ਼ਮ ਐਕਟੀਵਿਟੀ, ਤਾਂ ਪੂਰਾ ਇੰਟੀਗ੍ਰੇਟਿਡ ਸੈਂਟਰ ਬਣ ਗਿਆ। ਅਤੇ ਫੋਰੈਂਸਿਕ ਸਾਇੰਸ, ਫੋਰੈਂਸਿਕ ਮੈਡੀਸਨ, ਸਾਈਬਰ ਕ੍ਰਾਈਮ, ਕਿਉਂਕਿ ਹੁਣ ਬੜਾ ਇਹ ਬੜੇ ਵੱਡੇ ਚੈਲੇਂਜ ਆਉਣ ਵਾਲੇ ਨੇ, ਇਹ ਜਿਹੜਾ ਸੋਸ਼ਲ ਮੀਡੀਆ, ਫੇਸਬੁੱਕਸ, ਯੂ ਨੋ ਆਲ ਦੀਸ ਥਿੰਗਸ, ਉਹਦੇ ਵਿੱਚ ਬੜੇ ਵੱਡੇ ਕੰਮ ਬਹੁਤ ਜ਼ਿਆਦਾ ਆਉਣ ਵਾਲੇ ਆ, ਥ੍ਰੈਟਸ ਵੀ ਉੱਥੋਂ ਆਉਣਗੇ। ਈਵਨ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਦੇਖਿਆ ਸੀ ਕਿ ਜਿਹੜੇ ਵੱਡੇ ਵੱਡੇ ਜਿਹੜੇ ਸਿੰਮੀ ਵਗੈਰਾ ਦੇ ਜਾਂ ਜਿੰਨੇ ਵੱਡੇ ਵੱਡੇ ਟੈਰਰਿਸਟ ਸੀ, ਉਹਨਾਂ ਨੂੰ ਪਤਾ ਸੀ ਕਿ ਸਾਡੀ ਫੋਨ 'ਤੇ ਕੈਪਚਰ ਹੋ ਜਾਏਗੀ ਗੱਲ, ਉਹ ਫਿਰ ਕੀ ਕਰਦੇ ਸੀ, ਉਹ ਦੂਜੇ ਨੂੰ ਮਿਸ ਕਾਲ ਦੇਣਗੇ, ਇਹਦਾ ਮਤਲਬ ਹੈ ਤੂੰ ਸਾਈਬਰ ਆਪਣਾ ਕੈਫੇ ਚਲੇ ਜਾ, ਐਂਡ ਯੂ ਨੋ ਕਮ ਆਨ ਦੀ ਚੈਟ, ਫਿਰ ਚੈਟ ਦੇ ਨਾਲ ਉਹਨਾਂ ਨੂੰ ਇੰਸਟਰਕਸ਼ਨ ਮਿਲ ਜਾਂਦੀਆਂ ਸਨ। ਤੋ ਇਸ ਟਾਈਪ ਦੀ ਚੀਜ਼ਾਂ ਬੜੀਆਂ ਚੈਲੇਂਜ ਆਉਣ ਵਾਲੇ ਨੇ। ਫਿਰ ਫੋਰੈਂਸਿਕ ਇਨਵੈਸਟੀਗੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ, ਜਿਹਦੇ 'ਚੋਂ ਕਿਸ ਤਰ੍ਹਾਂ ਨਵੇਂ ਵੈਬਸਾਈਟ ਕ੍ਰੀਏਟ ਕਰਕੇ, IP ਐਡਰੈਸ ਕ੍ਰੀਏਟ ਕਰਕੇ ਕਿਸ ਤਰ੍ਹਾਂ ਕੀਤੀਆਂ ਜਾਂਦੀਆਂ ਨੇ ਚੀਜ਼ਾਂ, ਐਂਡ ਟ੍ਰੈਫਿਕ ਮੈਨੇਜਮੈਂਟ। ਤੋ ਇਹ ਸਭ ਚੀਜ਼ਾਂ ਨੂੰ ਟ੍ਰੇਨਿੰਗ ਵਾਸਤੇ ਹਲੇ ਉਨੇ ਸਾਡੇ ਕੋਲ ਟ੍ਰੇਨਿੰਗ ਸੈਂਟਰ ਨਹੀਂ ਹੈ, ਜਦਕਿ ਪੁਲਿਸ ਬਹੁਤ ਜ਼ਿਆਦਾ ਹੈਗੀ ਹੈ, ਕੋਈ 23-24 ਲੱਖ ਦੀ ਹੈਗੀ ਹੈ, ਅਤੇ ਉਹਨਾਂ ਨੂੰ ਸਭ ਕਰਨ ਵਾਸਤੇ ਤਾਂ ਇੱਕ ਡੈਡੀਕੇਟਿਡ ਕਾਡਰ ਬਣਨੇ ਚਾਹੀਦੇ ਨੇ। ਇੱਥੇ ਕੀ ਹੁੰਦਾ, ਅੱਜ ਬੰਦੇ ਨੇ ਕ੍ਰਾਈਮ ਦਾ ਕੰਮ ਕੀਤਾ, ਕੱਲ੍ਹ ਉਹਨੂੰ ਟ੍ਰੈਫਿਕ ਡਿਊਟੀ 'ਤੇ ਲਾ ਦਿੱਤਾ 2 ਸਾਲ ਲਈ, ਜੇ ਟ੍ਰਾਂਸਫਰ ਹੋ ਗਈ, ਉਹ ਜਿੰਨਾ ਚਿਰ ਨੂੰ ਟ੍ਰੈਫਿਕ ਸਮਝ ਆਉਂਦਾ ਹੈਗਾ ਉਹਨਾਂ 'ਚ ਉਹਦੀ ਟ੍ਰਾਂਸਫਰ ਹੋ ਗਈ, ਚੱਲ ਹੁਣ ਤਾਂ ਇੱਥੇ ਚੱਲ ਜਾ ਆਮ ਪੁਲਿਸ 'ਚ। ਆਈ ਥਿੰਕ ਖੇਤਰ ਐਪਟੀਚਿਊਡ ਦੇ ਹਿਸਾਬ ਦੇ ਨਾਲ, ਬੰਦਿਆਂ ਦੇ ਸਿਲੈਕਸ਼ਨ ਦੇ ਹਿਸਾਬ ਨਾਲ, ਇਹਨਾਂ ਨੂੰ ਚਾਹੀਦਾ ਕਿ ਅਲੱਗ ਅਲੱਗ ਕਾਡਰ ਵੀ ਬਣਾਏ ਜਾਣ ਬਾਈ ਐਂਡ ਲਾਰਜ, ਤਾਂ ਕਿ ਉਹਨਾਂ ਨੂੰ ਟਾਈਮ ਮਿਲੇ ਉਹਨਾਂ ਨੂੰ ਉੱਥੇ ਇੰਪਰੂਵ ਕਰਨ ਦਾ, ਉਹ ਚੀਜ਼ਾਂ ਹੋਣ। ਅਤੇ ਮੇਰੇ ਖਿਆਲ ਪਸਰੀਚਾ ਜੀ, ਲਿਟੀਗੇਸ਼ਨ ਅਤੇ ਇਨਵੈਸਟੀਗੇਸ਼ਨ ਨੂੰ ਵੀ ਵੱਖ ਵੱਖ ਕਰਨ ਦੀ ਲੋੜ ਹੈ, ਇੱਕ ਜਾ ਕੇ ਅਦਾਲਤਾਂ 'ਚ ਜਾ ਕੇ ਕਈ ਚੀਜ਼ਾਂ ਨੇ, ਜੇ ਲਾ ਐਂਡ ਆਰਡਰ ਹੈ, ਇਹਨਾਂ ਚੀਜ਼ਾਂ ਨੂੰ ਵੀ ਡਿਪਾਰਟਮੈਂਟ ਦੇ ਅੰਦਰ ਵੱਖ ਵੱਖ। ਹਾਂਜੀ, ਟ੍ਰੈਫਿਕ ਸਮਨ ਹੈ, ਹਾਂਜੀ, ਵਾਈ ਪੁਲਿਸਮੈਨ ਸ਼ੁੱਡ ਗੋ? ਹਾਂਜੀ, ਤੁਸੀਂ ਆਊਟਸੋਰਸ ਕਰਦੇ ਹੋ। ਹਾਂਜੀ, ਟ੍ਰੈਫਿਕ ਸਮਨ ਆਏ ਨੇ, ਉਹ ਆਪਣਾ ਕੋਈ ਬੰਦਾ ਉਹਨਾਂ ਨੂੰ ਐਡਰੈਸ 'ਤੇ ਪਹੁੰਚਾ ਦੇਗਾ, ਇਹਦੀ ਕੀ ਲੋੜ ਹੈ? ਜਾਂ ਗੈਂਬਲਿੰਗ ਹੈ, ਕੋਈ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ ਕਰਨ ਦਿਓ ਨਾ ਕੰਮ, ਪੁਲਿਸ ਨੂੰ ਕਿਉਂ ਦੇ ਰਹੇ ਹੋ? ਇੱਕ ਤਾਂ ਤੁਸੀਂ ਕਰਪਸ਼ਨ ਵਧਾ ਰਹੇ ਹੋ, ਨਾਲ ਤੁਸੀਂ ਉਹ ਚੀਜ਼ਾਂ ਕਰ ਰਹੇ ਹੋ। ਅਤੇ ਇਹਨਾਂ ਚੀਜ਼ਾਂ 'ਤੇ ਵੀ ਸੋਚ ਦੀ ਬਹੁਤ ਜ਼ਰੂਰਤ ਹੈ ਕਿ ਕਈ ਚੀਜ਼ਾਂ ਜਿਹੜੀ ਜ਼ਰੂਰਤ ਨਹੀਂ ਹੈ, ਜਿਸ ਤਰ੍ਹਾਂ ਇਮੋਰਲ ਟ੍ਰੈਫਿਕ ਹੈ, ਉੱਤੇ ਕਈ ਚੀਜ਼ਾਂ ਡਿਸਕਸ ਕਰ ਸਕਦੇ, ਉਹਦੇ ਫਾਇਦੇ ਵੀ ਹੈ, ਨੁਕਸਾਨ ਵੀ ਹੈ, ਉਹਨੂੰ ਇੰਪਲੀਮੈਂਟ ਕਰਨ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ। ਸਾਰਾ ਕੰਮ ਪੁਲਿਸ ਹੀ ਕਰੇ, ਇੰਕਰੋਚਮੈਂਟ ਵੀ ਪੁਲਿਸ ਦੇਖੇ, ਉਹ ਵੀ ਸਭ ਕਰਨ ਹਰ ਚੀਜ਼ਾਂ, ਅਤੇ ਉਹ ਆਪਣਾ ਜਿਹੜਾ ਮੇਨ ਜਿਹੜਾ ਮੁੱਦਾ ਹੈਗਾ ਕ੍ਰਾਈਮ ਮੈਨੇਜਮੈਂਟ, ਟ੍ਰੈਫਿਕ ਮੈਨੇਜਮੈਂਟ, ਸਿਕਿਉਰਿਟੀ ਮੈਨੇਜਮੈਂਟ, ਲਾਅ ਐਂਡ ਆਰਡਰ, ਉਹ ਚੀਜ਼ਾਂ ਤੋਂ ਭੁੱਲ ਕੇ ਫਿਰ ਬੰਦਾ ਇੱਧਰ ਜਾਂਦਾ ਜਿੱਥੋਂ ਥੋੜ੍ਹਾ ਪੈਸਾ ਵੈਸਾ ਮਿਲ ਸਕਦਾ ਈਜ਼ੀ ਵਗੈਰਾ, ਅਤੇ ਟਾਈਮ ਅਲੱਗ ਵੇਸਟ ਹੁੰਦਾ ਹੈਗਾ। ਤੋ ਕਈ ਚੀਜ਼ਾਂ, ਹੁਣ ਜਿਵੇਂ ਕ੍ਰਿਕਟ ਦਾ ਮੈਚ ਹੋ ਰਿਹਾ, ਉਹਨੇ ਸਾਰੇ 3-4-5 ਹਜ਼ਾਰ ਪੁਲਿਸਮੈਨ ਲਗਾ ਦਿੱਤੇ,
ਆਊਟਰ ਜਿਹੜਾ ਏਰੀਆ ਹੈਗਾ ਆਈ ਕੈਨ ਅੰਡਰਸਟੈਂਡ ਕਿ ਪੈਰੀਫਰੀ 'ਤੇ ਪੁਲਿਸ ਆਏਗੀ, ਅੰਦਰ ਜਿਹੜਾ ਹੈਗਾ ਉਹਦੀ ਪ੍ਰਾਈਵੇਟ ਸਿਕਿਉਰਿਟੀ ਆਉਂਦੇ ਹੋ, ਕੀ ਫਰਕ ਪੈਂਦਾ ਉਹਦੀ, ਤੁਸੀਂ ਕੀ ਕਰਨਾ, ਵਾਈ ਪੁਲਿਸ ਸ਼ੁਡ ਬੀ ਦੇਅਰ? ਹਾਂਜੀ, ਉਹ ਚੀਜ਼ਾਂ 'ਤੇ ਵੀ ਸੋਚ ਦੀ ਲੋੜ ਹੈ, ਉੱਥੇ ਇਹਨਾਂ ਦਾ ਪ੍ਰੈਸ਼ਰ ਕਾਫੀ ਘੱਟ ਜਾਏਗਾ। ਬਿਲਕੁਲ ਜੀ, ਅਤੇ ਟ੍ਰੇਨਿੰਗ ਇੰਸਟੀਟਿਊਟ ਜਿਹੜੇ ਹੈਗੇ ਨੇ ਉਹਨਾਂ 'ਤੇ ਪੈਸਾ, ਉਂਝ ਵੀ ਜਿਹੜੇ ਪ੍ਰਾਈਵੇਟ ਅਦਾਰੇ ਆ ਜਿਹੜੇ ਤੁਹਾਡੇ ਕੋਲ ਪੁਲਿਸ ਸਿਕਿਉਰਿਟੀ ਮੰਗਦੇ ਆ, ਉਹਨਾਂ ਤੋਂ ਚਾਰਜ ਨਹੀਂ ਕੀਤਾ ਜਾਣਾ ਚਾਹੀਦਾ? ਉਹ ਚਾਰਜ ਤਾਂ ਕਰਦੇ ਹੈ, ਹਾਂਜੀ, ਪਰ ਉਹ ਇੰਨਾ ਨੋਮੀਨਲ ਹੈ, ਉਹ ਬੰਦਾ ਇੰਝ ਪੈਸਾ ਸੁੱਟ ਸਕਦਾ ਹੈਗਾ। ਹਾਂਜੀ ਹਾਂਜੀ, ਲਾਓ ਨਾ ਇੱਕ ਵਾਰੀ, ਫਿਰ ਤੁਸੀਂ ਵਰਕਆਊਟ ਕਰੋ, ਤੁਸੀਂ ਉਹਦੀ ਜੇ ਸੈਲਰੀ ਮੰਨ ਲਓ ਪੁਲਿਸਮੈਨ ਦੀ 15,000 ਹੈ, ਹਾਂਜੀ, ਤਾਂ 30 ਦਿਨ ਨਾਲ ਡਿਵਾਈਡ ਕਰਕੇ 500 ਰੁਪਏ ਤਾਂ ਨਹੀਂ ਲੈ ਸਕਦੇ ਨਾ ਇੱਕ ਦਿਨ ਦਾ। ਉਹਦੇ 'ਤੇ ਹੋਰ ਵੀ ਬੜੇ ਖਰਚੇ ਨੇ, ਹੋਰ ਚੀਜ਼ਾਂ ਨੇ, ਉਹਦਾ ਟਾਈਮ ਦਾ, ਉਹਦਾ ਸਾਰਾ ਕਾਸਟ, ਵਰਕਆਊਟ ਕਰੋ, ਸੋਸ਼ਲ ਕਾਸਟ, ਜਬ ਸਭ ਚੀਜ਼ਾਂ ਦੀ, ਫਿਰ ਲਗਾਓ ਵੀ ਹਾਂ ਚੱਲ ਦੇ ਵੀ 5,000 ਰੁਪਏ ਦੇ ਪਰ ਪਰਸਨ, ਫਿਰ ਉਹਨੂੰ ਸਮਝ ਆ ਜਾਏਗਾ ਯਾਰ ਮੈਂ ਤਾਂ ਪ੍ਰਾਈਵੇਟ ਸਿਕਿਉਰਿਟੀ ਲੈ ਲੈਣਾ। ਪ੍ਰਾਈਵੇਟ ਸਿਕਿਉਰਿਟੀ ਬੜੇ ਅੱਛੇ ਅੱਛੇ ਕਮਾਂਡੋ ਮਿਲ ਰਹੇ ਨੇ ਅੱਜ ਕੱਲ੍ਹ, ਉਹਨਾਂ ਨੂੰ ਲਓ, ਵਾਈ ਪੁਲਿਸ ਸ਼ੁਡ ਬੀ ਗਿਵਨ? ਪੁਲਿਸ ਨੂੰ ਉਹਨਾਂ ਥਾਵਾਂ ਤੇ ਲਾਣਾ ਚਾਹੀਦਾ ਜਿੱਥੇ ਲੋਕਾਂ ਨੂੰ ਸਰਵਿਸ ਜਾਂ ਸਿਕਿਉਰਿਟੀ ਦੇਣ ਦੀ ਲੋੜ ਹੈ। ਜਗ੍ਹਾ ਇਹ ਸਟੇਟਸ ਸਿੰਬਲ ਹੈ, ਕਈ ਕ੍ਰਿਮੀਨਲ ਐਲੀਮੈਂਟਸ ਵੀ ਪੁਲਿਸ ਨੂੰ ਨਾਲ ਯੂਜ਼ ਕਰਕੇ ਗਲਤ ਕੰਮ ਕਰਵਾਉਂਦੇ ਨੇ, ਹਾਂਜੀ, ਕਿ ਉਹਨਾਂ ਦੇ ਨਾਲ ਪੁਲਿਸ ਵਾਲੇ ਨੇ, ਉਹ ਜਾ ਕੇ ਇੱਧਰ ਉੱਧਰ ਫਿਰ ਸ਼ੋ ਪੀਸ। ਇਟਸ ਅ ਵੈਰੀ ਸੈਡ ਥਿੰਗ, ਯੂ ਨੋ, ਇਸ ਸਾਰਾ ਵਿਸ਼ਸ ਸਰਕਲ ਹੈ ਜਿਹਦੇ ਉੱਤੇ ਇੱਕ ਬੜੀ ਸੋਚ ਦੀ ਲੋੜ ਹੈ। ਅਗਰ ਚਾਹੇ ਤਾਂ ਇੱਕ DG ਆਪਣੇ ਆਪਣੇ ਪੋਲੀਟੀਸ਼ੀਅਨ ਨੂੰ, ਜਿਹੜੇ ਸੀਨੀਅਰ ਪੋਲੀਟੀਸ਼ੀਅਨਸ ਹੈਗੇ ਨੇ, ਹੋਮ ਮਿਨਿਸਟਰ ਵਗੈਰਾ ਜਾਂ ਜਿਹੜਾ, ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਇਹ ਚੀਜ਼ਾਂ ਸਮਝਾ ਸਕਦਾ ਹੈਗਾ। ਅਤੇ ਅਗਰ ਆਈ ਥਿੰਕ ਇਸੇ ਨੀਡ ਫਾਰ ਓਪਨ ਐਂਡ ਡਿਸਕਸ਼ਨ, ਜਿਹਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਮਝਣ ਫਾਇਦੇ ਨੁਕਸਾਨ, ਨੋ ਇਵੈਲੂਏਟਿਡ, ਠੀਕ ਹੈ। ਪਰ ਕਿਸੇ ਕਿੱਥੇ ਇੱਕ ਸਾਡੀ ਪ੍ਰੋਬਲਮ ਇੱਕ ਹੋਰ ਆ ਰਹੀ ਹੈ ਬੜੀ ਵੱਡੀ, ਅਸੀਂ ਹਰ ਵਾਰੀ ਪੁਲਿਸ 'ਤੇ ਬਲੇਮ ਲਾ ਦਿੰਦੇ ਹਾਂ। ਹੁਣ ਕੋਰਟ ਦੇ ਕੇਸ ਹੁੰਦੇ ਨੇ 12-12 ਸਾਲ ਲੱਗਦੇ ਆ, ਕੇਸ ਬੋਰਡ 'ਤੇ ਨਹੀਂ ਆਉਂਦਾ 8 ਸਾਲ। ਐਡਵੋਕੇਟ ਜਿਹੜੇ ਨੇ ਉਹ ਐਡਜੋਇਨਮੈਂਟ ਲੈ ਕੇ ਥਕਾ ਦਿੰਦੇ ਨੇ ਵਿਟਨੈਸਿਸ ਨੂੰ। ਹੁਣ ਰੇਪ ਹੋਈ ਹੈ, ਉਹ ਵਿਚਾਰੀ ਲੇਡੀ ਆਈ ਹੈ, ਉਹਦੀ ਪੁਲਿਸ ਸਟੇਸ਼ਨ 'ਤੇ ਪਹਿਲਾਂ ਉਹਦੀ ਇੰਟਰੋਗੇਸ਼ਨ ਹੋਏਗੀ ਹਰ ਗੰਦੇ ਤਰੀਕੇ ਨਾਲ, ਹਾਂਜੀ, ਉਹਦੇ ਬਾਅਦ ਕੋਰਟ ਦੇ ਵਿੱਚ ਐਡਵੋਕੇਟ ਉਹਨੂੰ ਨੰਗਾ ਕਰੇਗਾ, ਉਹਦੀ ਰੇਪ ਕੋਰਟ 'ਚ ਕਰੇਗਾ, ਜੱਜ ਦੇ ਸਾਹਮਣੇ, ਐਂਡ ਉਹ ਮੁਸਕਰਾਉਂਦੇ ਲੋਕ, 12-12 ਸਾਲ ਲੋਕ ਨਹੀਂ ਆ ਰਹੇ, ਉਹ ਕੋਈ ਵਿਟਨੈਸ ਮਰ ਗਿਆ, ਕੋਈ ਟਾਈਮ ਬਾਉਂਡ, ਪੂਰਾ ਇੱਕ ਸਾਰਾ ਸਿਸਟਮ ਜਿਹੜਾ ਹੈਗਾ ਵੇ, ਉਹ 'ਤੇ ਸਭ ਜੁਡੀਸ਼ਰੀ, ਪੁਲਿਸ, ਸਭ ਨੂੰ ਇਕੱਠੇ ਮਿਲ ਕੇ ਇੱਕ ਚੀਜ਼ ਦੀ ਸੋਚਣ ਦੀ ਲੋੜ ਹੈਗੀ ਹੈ। ਇਟਸ ਆ ਵੈਰੀ ਸੈਂਸਿਟਿਵ ਸਬਜੈਕਟ, ਕਿਉਂਕਿ ਜੇ ਤੁਹਾਡੀ ਪੁਲਿਸ ਦਾ ਲੀਗਲ ਸਿਸਟਮ ਅਗਰ ਅੱਛਾ ਹੈਗਾ, ਹਾਂਜੀ, ਤਾਂ ਹੀ ਤੁਹਾਡੀ ਡਿਵੈਲਪਮੈਂਟ ਹੋਏਗੀ, ਦਿਸ ਦਾ ਪ੍ਰੀ ਰੈਕੁਜ਼ਿਟ, ਠੀਕ ਹੈ। ਇਹਦੇ ਬਗੈਰ ਕੋਈ ਤੁਹਾਡੇ ਕੋਈ ਚੀਜ਼ ਟਿਕਣ ਵਾਲੀ ਨਹੀਂ ਹੈ। ਸੋ ਦਿਸ ਮਸਟ ਬੀ ਗਿਵਨ ਵੈਰੀ ਵੈਰੀ ਹਾਈ ਇੰਪੋਰਟੈਂਸ। ਅੱਛਾ ਪਸਰੀਚਾ ਜੀ, ਹੁਣ ਜਿਸ ਤਰ੍ਹਾਂ ਦੇ ਸਿਆਸਤਦਾਨ ਜਿਹੜੇ ਆ ਉਹ ਸਤਾ 'ਚ ਆ ਰਹੇ ਆ, ਪਹਿਲੇ ਦੇ ਮੁਕਾਬਲੇ ਉਹ ਪੁਲਿਸ ਦੇ ਕੰਮਾਂ ਵਿੱਚ ਹੇਠਲੀ ਪੱਧਰ 'ਤੇ ਜ਼ਿਆਦਾ ਦਖਲ ਦਿੰਦੇ ਆ? ਜਿਹੜਾ ਪਹਿਲਾਂ ਜਿਹੜੇ ਪਹਿਲਾਂ ਦੇ ਸਿਆਸਤਦਾਨ ਸੀ ਜਾਂ ਚੀਫ ਮਿਨਿਸਟਰ ਆ ਜਾਂ ਮੰਤਰੀ ਆ, ਉਹ DGP ਦੇ ਪੱਧਰ 'ਤੇ ਗੱਲ ਕਰਨਗੇ ਜੇ ਕਿਤੇ ਕੁਛ ਗਲਤ ਹੋ ਰਿਹਾ ਜਾਂ ਕੋਈ ਫੇਵਰ ਵੀ ਕਰਵਾਉਣਾ ਚਾਹੁੰਦੇ ਆ, ਅਤੇ ਜਾਂ SSP ਦੇ ਲੈਵਲ 'ਤੇ ਕਰਨਗੇ। ਅੱਜ ਜਿਹੜਾ ਹੇਠਲੇ ਥਾਣੇ ਪੱਧਰ ਤੱਕ ਸਿਆਸਤਦਾਨਾਂ ਨੇ ਦਖਲ ਦੇਣਾ ਸ਼ੁਰੂ ਕਰਤਾ, ਜਿਹਦੇ ਵਿੱਚ ਜਿਹੜੀ ਨਿਰਪੱਖ ਢੰਗ ਨਾਲ ਪੁਲਿਸ ਲਈ ਰੋਲ ਅਦਾ ਕਰਨਾ ਔਖਾ ਹੋਇਆ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ? ਤੁਹਾਡੇ ਇਹਦੇ ਬਾਰੇ ਤਜਰਬਾ ਕੀ ਕਹਿੰਦਾ? ਬਹੁਤ ਸਭ ਨਾਲ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਇਹੀ ਹੈਗੀ ਹੈ। ਹਾਂਜੀ, ਸਾਰੀ ਪ੍ਰੋਬਲਮ ਦੀ, ਬਿਮਾਰੀ ਦੀ ਜਿੰਨੀ ਡਿਸਕਸ਼ਨ ਕੀਤੀ ਹੈ, ਜੜ ਹੀ ਇੱਥੋਂ ਹੈਗੀ ਹੈ। ਹਾਂਜੀ, ਜਦੋਂ 1970 'ਚ ਮੈਂ ਜੁਆਇਨ ਕੀਤਾ IPS, ਡਿਫਰੈਂਟ ਟਾਈਪ ਦੀ ਸਾਨੂੰ, ਸਾਨੂੰ ਚੀਫ ਮਿਨਿਸਟਰ ਵਗੈਰਾ ਸਾਡੇ ਨਾਲ ਕੋਈ ਗੱਲ ਵੀ ਨਹੀਂ ਹੁੰਦੀ ਸੀ। ਅਸੀਂ ਜਦੋਂ SSP ਵਗੈਰਾ ਸੀ, ਹਾਂਜੀ, ਉੱਥੇ ਆਪਣੀ ਬੜੀ ਸੈਂਸੇਬਲ, ਉਹਨਾਂ ਦਾ ਸਿਸਟਮ ਅਲੱਗ ਸੀ, ਡਿਗਨਿਟੀ ਸੀ। ਜਿਵੇਂ ਹੀ ਆਇਆ DG, ਉਹਨਾਂ ਨੂੰ ਅੰਦਰ ਬਿਠਾਇਆ, ਪੂਰੀ ਤਮੀਜ਼, ਹੱਥ ਮਿਲਾਉਣਾ, ਉਹ ਕਰਨਾ। ਹੌਲੀ ਹੌਲੀ ਕੀ ਹੋਇਆ, ਅਸੀਂ ਆਪਣੇ ਆਪ ਨੂੰ ਆਫਿਸਰ ਨੇ, IS IPS ਆਫਿਸਰ ਨੇ ਆਪਣੀ ਅੱਛੀ ਅੱਛੀ ਪਰਟੀਕੁਲਰ ਪੋਸਟਿੰਗ ਲੈਣ ਲਈ ਆਪਣੇ ਆਪ ਨੂੰ ਵੇਚਣਾ ਸ਼ੁਰੂ ਕਰਤਾ, ਚੀਪ ਆਪਣੇ ਆਪ ਨੂੰ ਸਸਤਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਫਿਰ ਉਹ ਆ ਗਈ ਤੁਹਾਡੀ ਕੋਲੀਸ਼ਨ ਗੌਰਮੈਂਟ, ਉਹਦੇ ਕਰਕੇ ਹੁਣ ਪਤਾ ਵੀ ਹੈ ਕਿ ਗਲਤ ਹੋ ਰਿਹਾ, ਐਡਜਸਟ ਕਰਨ ਲਈ, ਅੱਛਾ ਯਾਰ ਜਾਂ ਚੁੱਪ ਰਹੋ, ਜਰਾ ਦੇਖ ਲਓ ਜਾਂ ਕਰ ਲਓ। ਉਹ ਕਰਦੇ ਕਰਦੇ ਇੱਕ ਵਾਰੀ ਉਹ ਖੂਨ ਲੱਗ ਜਾਏ ਮੂੰਹ ਦਾ ਟੇਸਟ, ਫਿਰ ਉਹ ਬੰਦੇ ਦਾ ਫਿਰ ਉਹ ਚੀਜ਼ ਹੀ ਸ਼ੁਰੂ ਹੋ ਜਾਂਦੀ ਹੈ। ਉਹ ਕਰਦੇ ਕਰਦੇ ਇੰਨਾ ਜ਼ਿਆਦਾ ਗੈਪ ਹੁੰਦਾ ਗਿਆ, ਇੰਨਾ ਜ਼ਿਆਦਾ ਗੈਪ ਹੁੰਦਾ ਗਿਆ, ਅਸੀਂ ਆਪਣੀ ਫੋਰਸ ਤੋਂ ਵੀ ਦੂਰ ਹੁੰਦੇ ਗਏ। ਪੋਲੀਟੀਸ਼ੀਅਨ ਨੇ ਸਾਡੇ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ, ਐਂਡ ਵੀ ਅਲਾਊਡ ਕਿ ਵੀ ਆਪਣੀ, ਅਸੀਂ ਸਾਰੀ ਜਿਹੜੀ ਗੁੱਡਵਿਲ ਸੀ, ਜਿਹੜੀ ਸਾਡੀ ਪਾਵਰ ਸੀ, ਉਹ ਸਾਰੀ ਫੋਰਫਿਟ ਹੋ ਗਈ ਸਾਡੀ, ਅਸੀਂ ਜਾਨ ਦਿੱਤੀ। ਅੱਜ ਉਹਦਾ ਇੰਨਾ ਵੱਡਾ ਨੁਕਸਾਨ ਹੋ ਰਿਹਾ ਸਾਰੀ ਐਜ਼ ਅ ਸਿਸਟਮ, ਕੋਈ ਬੋਲਦਾ ਨਹੀਂ ਹੈ, ਲੇਕਿਨ ਲੋਕ ਅੰਦਰ ਕੁੜ ਰਹੇ ਨੇ, ਗੁੱਸੇ ਵਿੱਚ ਹੈ, ਬਿਲਕੁਲ ਠੀਕ, ਬੋਲ ਨਹੀਂ ਰਹੇ। ਸਸਰੀਚਾ ਜੀ, ਸੱਚਖੰਡ
ਸ਼੍ਰੀ ਹਜ਼ੂਰ ਸਾਹਿਬ ਦੀ ਤੁਸੀਂ ਬੜੀ ਸੇਵਾ ਕੀਤੀ ਹੈ, ਇਸ ਪਾਸੇ ਤੁਸੀਂ ਕਿੱਦਾਂ ਆ ਗਏ ਸੀਗੇ? ਮੈਂ DGC ਮਹਾਰਾਸ਼ਟਰ ਦਾ 2005 ਵਿੱਚ, ਹਾਂਜੀ, ਅਤੇ ਸਰਦਾਰ ਬੂਟਾ ਸਿੰਘ ਸਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਚੇਅਰਮੈਨ, ਅਤੇ ਉਹ ਫਿਰ ਗਵਰਨਰ ਬਣੇ, ਅਤੇ ਫਿਰ ਉਹ ਕੋਰਟ 'ਤੇ ਕੇਸ ਹੋ ਗਿਆ ਸੀ ਕਿ ਉਹ ਚੇਅਰਮੈਨ ਨਹੀਂ ਰਹਿ ਸਕਦੇ, ਅਤੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਹਾਂਜੀ, ਅਤੇ 2008 ਅਕਤੂਬਰ ਦੇ ਵਿੱਚ 300 ਸਾਲਵਾਂ ਮਨਾਇਆ ਜਾਣਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਹਾਂਜੀ, ਅਤੇ ਬੜੇ ਜ਼ਿਆਦਾ ਪ੍ਰੋਜੈਕਟ ਸੀ ਸਾਰੇ, ਨੰਦਰ ਦੀ ਡਿਵੈਲਪਮੈਂਟ ਵੀ ਹੋਣੀ ਸੀ, ਕੋਈ 2500 ਕਰੋੜ ਰੁਪਇਆ ਅੰਡਰ JNNMUR ਆਉਣਾ ਸੀ, ਕੋਈ ਕਰਨ ਵਾਲਾ ਨਹੀਂ ਸੀ। ਫਿਰ ਮੈਨੂੰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਮੇਰੇ CM ਸਨ ਡਾਕਟਰ ਸ਼੍ਰੀ ਵਿਲਾਸ ਰਾਓ ਦੇਸ਼ਮੁਖ, ਉਹਨਾਂ ਨੇ ਮੈਨੂੰ ਫਿਰ ਜ਼ਿੰਮੇਵਾਰੀ ਦਿੱਤੀ, ਮੈਨੂੰ ਚੇਅਰਮੈਨ ਵੀ ਬਣਾਤਾ, ਨਾਲ ਚੀਫ ਕੋਆਰਡੀਨੇਟਰ ਬਣਾਤਾ। ਹਾਲਾਂਕਿ ਐਡੀ ਵੱਡੀ ਸਟੇਟ ਸੀ ਸਾਡੀ ਮਹਾਰਾਸ਼ਟਰ ਦੀ, 2.5 ਲੱਖ ਤਾਂ ਸਾਡੀ ਫੋਰਸ ਹੀ ਸੀ, ਵੈਰੀ ਬਿਗ ਸਟੇਟ, ਪਰ ਫਿਰ ਇਹ ਵੀ ਕੰਮ ਦੇ ਦਿੱਤਾ ਮੈਨੂੰ ਤਾਂ ਜਰਾ ਜ਼ਿਆਦਾ ਉਹਨਾਂ ਆਉਂਦਾ ਨਹੀਂ ਸੀ। ਆਪੇ ਫਿਰ ਗੁਰੂ ਮਹਾਰਾਜ ਨੇ ਸਿਖਾਉਣਾ ਸ਼ੁਰੂ ਕੀਤਾ, ਚੀਜ਼ਾਂ ਹੋ ਗਈਆਂ, ਚੀਜ਼ਾਂ ਬਣ ਗਈਆਂ, ਉਹਨਾਂ ਨੇ ਕੀਤਾ, ਮੈਂ ਤਾਂ ਸਿਰਫ ਯੰਤਰ ਸੀ ਗੁਰੂ ਮਹਾਰਾਜ ਦਾ। ਬਹੁਤ ਅੱਛਾ ਕੰਮ ਹੋਇਆ ਦੁਨੀਆ ਭਰ 'ਚ, ਖਾਸ ਕਰਕੇ ਸਿੱਖ ਸਮਾਜ 'ਚ ਬੜੀ ਉਹਦੀ ਚਰਚਾ ਹੋਈ। ਮੈਨੂੰ ਇੱਕੋ ਖੁਸ਼ੀ ਹੈ ਕਿ ਰੱਬ ਜਾਣਦਾ ਹੈ ਗੁਰੂ ਮਹਾਰਾਜ। ਕਈ ਲੋਕ ਸਾਡੇ ਨਾਲ ਨਾਰਾਜ਼ ਵੀ ਹੋ ਗਏ ਹਰ ਤਰ੍ਹਾਂ ਦੇ, ਅਸੀਂ ਸਿਆਸਤ ਨਹੀਂ ਆਉਣ ਦਿੱਤੀ, ਅਸੀਂ ਕਿਹਾ ਸਿਆਸਤ ਜ਼ੀਰੋ ਹੀ ਰਹੇਗੀ, ਇਹ ਤਾਂ ਮੈਂ ਕਰਾਂਗਾ ਅਤੇ ਮੈਂ ਜ਼ਰੂਰ ਕਹਾਂਗਾ। ਸਭ ਨੇ ਮੇਰੀ ਮਦਦ ਕੀਤੀ, ਸਭ ਨੇ ਮੇਰੇ ਨਾਲ ਖੜ੍ਹੇ ਰਹੇ, ਅਤੇ ਮੈਂ ਮਤਲਬ ਦੈਟ ਮੀਨਸ ਮੇਰਾ ਕਹਿਣ ਦਾ ਮਤਲਬ ਤੁਹਾਡੇ ਪਹਿਲੇ ਸਵਾਲ 'ਤੇ, ਅਗਰ ਤੁਸੀਂ ਚਾਹੋ ਤਾਂ ਸਿਆਸਤਦਾਰ ਵੀ ਤੁਹਾਡੇ ਨਾਲ ਜੁੜ ਸਕਦੇ ਹੈਗੇ ਹੈ, ਜੇ ਉਹਨਾਂ ਨੂੰ ਵਿਸ਼ਵਾਸ ਹੋ ਜਾਓ ਕਿ ਤੁਸੀਂ ਠੀਕ ਕੰਮ ਕਰਨਾ ਚਾਹੁੰਦੇ ਹੋ, ਕਿਸੇ ਨਾਲ ਬੇਈਮਾਨੀ ਨਹੀਂ ਕਰੋਗੇ। ਸਰ, ਤੁਹਾਡਾ ਜਿਹੜਾ ਸਿੱਖ ਧਰਮ 'ਚ ਗੁਰੂ ਸਾਹਿਬ ਦੀ ਫਿਲੋਸਫੀ 'ਚ ਬੜਾ ਗਹਿਰਾ ਯਕੀਨ ਹੈ, ਔਰ ਇਸ ਹੀ ਕਰਕੇ ਮੇਰਾ ਖਿਆਲ ਹੈ ਤੁਹਾਨੂੰ ਬਿਹਤਰ ਪੁਲਿਸ ਸੇਵਾਵਾਂ ਦੇਣ 'ਚ ਵੀ ਬੜੀ ਮਦਦ ਮਿਲੀ ਹੈ। ਅਤੇ ਇਸ ਵੇਲੇ ਜਿਹੜੀ ਸਿੱਖ ਧਰਮ ਦੀ ਸਥਿਤੀ ਆ, ਬਹੁਤ ਸਾਰੀਆਂ ਸਮੇਂ ਦੇ ਨਾਲ ਸਾਡੇ 'ਚ ਬੁਰਾਈਆਂ ਆ ਗਈਆਂ, ਅਤੇ ਖਾਸ ਕਰਕੇ ਨਵੀਂ ਪੀੜ੍ਹੀ ਆਪਣੇ ਇਤਿਹਾਸ, ਆਪਣੇ ਵਿਰਸੇ, ਆਪਣੇ ਸੱਭਿਆਚਾਰ ਤੋਂ, ਇੱਥੋਂ ਤੱਕ ਕਿ ਪੰਜਾਬੀ ਜ਼ਬਾਨ ਤੋਂ ਵੀ ਦੂਰ ਜਾ ਰਹੀ ਹੈ। ਇਹਦੇ ਵਿੱਚ ਜਿਹੜਾ ਸਿੱਖ ਭਾਈਚਾਰੇ ਨੂੰ ਕੀ ਕਰਨਾ ਚਾਹੀਦਾ, ਸਿੱਖ ਸੰਸਥਾਵਾਂ ਨੂੰ ਕੀ ਕਰਨਾ ਚਾਹੀਦਾ? ਕੱਲ੍ਹ ਮੈਂ ਗੁਰੂ ਦੀ ਨਗਰੀ ਅੰਮ੍ਰਿਤਸਰ ਗਿਆ ਸੀ, ਹਾਂਜੀ, ਹਰਿਮੰਦਰ ਸਾਹਿਬ ਹੋ ਕੇ ਆਇਆ, ਦਿਲ ਖੁਸ਼ ਹੋ ਗਿਆ, ਹਾਂਜੀ, ਇੰਟਰਨੈਸ਼ਨਲ ਕਲਾਸ ਦਾ ਹੋ ਗਿਆ ਦਿਲ, ਹਾਂਜੀ, ਬਿਊਟੀਫੁਲੀ, ਹਾਂਜੀ। ਫਿਰ ਮੈਂ ਬਾਅਦ ਦੀ ਖਾਣਾ ਖਾ ਰਿਹਾ ਸੀ ਅਤੇ ਨਾਲ ਕੋਈ ਸਾਊਥ ਇੰਡੀਅਨ ਕਪਲ ਬੈਠਾ ਸੀ, ਹਾਂਜੀ, ਕੋਈ ਲੰਡਨ ਤੋਂ ਆਇਆ ਹੋਇਆ ਸੀ, ਹਾਂਜੀ, ਕਹਿ ਰਹੇ ਸੀ ਕਿ ਇੰਨੀ ਸੋਹਣੀ ਜਗ੍ਹਾ ਸਾਨੂੰ ਹਾਲੇ ਤੱਕ ਪਤਾ ਹੀ ਨਹੀਂ ਸੀ, ਘੱਟ ਉਹਨਾਂ ਦੀ ਉਮਰ 70-70 ਸਾਲ ਟਾਈਪ ਸੀ, ਹਾਂਜੀ, ਅਤੇ ਸਾਨੂੰ ਪੁੱਛਦੇ ਹੈ ਇਹ, ਕਹਿੰਦੇ ਸਾਨੂੰ ਪਤਾ ਨਹੀਂ, ਦੱਸਿਆ ਨਹੀਂ ਸੀ ਕਿ ਇਹੋ ਜਿਹਾ ਹੈਗਾ, ਹਾਂਜੀ। ਇਹ ਮੈਂ ਚੀਜ਼ ਬੜੇ ਦਿਨਾਂ ਤੋਂ ਦੇਖ ਰਿਹਾ, ਬੜੇ ਲੋਕਾਂ ਨੇ ਮੈਨੂੰ ਦੱਸਿਆ ਜਿੱਥੇ ਮੈਂ ਜਾਂਦਾ ਵਾਂ, ਕਿ ਅਸੀਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਸਿਰਫ ਗੁਰਦੁਆਰਿਆਂ ਵਿੱਚ ਹੀ ਆਪਣੇ ਘਰ ਵਿੱਚ ਸੰਭਾਲ ਕੇ ਰੱਖਿਆ ਹੋਇਆ, ਹਾਂਜੀ, ਅਸੀਂ ਬਾਹਰ ਨਹੀਂ ਲੈ ਕੇ ਗਏ, ਹਾਂਜੀ। ਮੈਂ ਕੁਛ ਸਾਲ ਪਹਿਲਾਂ ਲੰਡਨ ਗਿਆ, ਉਹ ਕਹਿੰਦੇ ਜੀ ਇਹ ਕਾਬਲੀਆਂ ਦਾ ਗੁਰਦੁਆਰਾ ਹੈਗਾ, ਇਹ ਜੱਟਾਂ ਦਾ ਗੁਰਦੁਆਰਾ ਹੈਗਾ, ਅਮਰੀਕਾ ਗਿਆ ਲੁਬਾਣਿਆਂ ਦਾ ਗੁਰਦੁਆਰਾ ਹੈ, ਉਹ ਮੈਂ ਕਿਹਾ ਮੈਨੂੰ ਤਾਂ ਗੁਰੂ ਨਾਨਕ ਦੇਵ ਦੇ ਗੁਰਦੁਆਰੇ ਜਾਣਾ ਸੀ, ਹਾਂਜੀ, ਮੈਨੂੰ ਤੁਸੀਂ ਇਹ ਕਿੱਥੇ ਲੈ ਆਇਓ, ਹਾਂਜੀ। ਅਸੀਂ ਆਪਣੀ ਸਿੱਖੀਜ਼ਮ ਜਿਹੜੀ ਸਾਡੇ ਜਿਹੜੇ 10 ਗੁਰੂਆਂ ਨੇ ਸਾਨੂੰ ਚੀਜ਼ਾਂ ਦਿੱਤੀਆਂ, ਇੰਨੀ ਸਿੱਖ ਦਿੱਤੀ, ਇਟਰਨਲ ਗੁਰੂ ਦਿੱਤਾ ਜਿਹੜਾ ਵਰਲਡ ਵਿੱਚ ਕਿੱਥੇ ਨਹੀਂ ਹੈਗਾ, ਪਹਿਲਾ ਕਾਵਿ 1430 ਅੰਗਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜ੍ਹਦੇ 48 ਘੰਟੇ ਲੱਗਦੇ ਆ, ਤਾਂ ਪਹਿਲਾ ਸ਼ਬਦ ਕੀ ਹੈ, ਪਹਿਲਾ ਲਫ਼ਜ਼ ਇੱਕ ਓਮਕਾਰ, ਅਖੀਰੀ ਕੀ ਬੋਲੇ, ਸਰਬੱਤ ਦਾ ਭਲਾ, ਹਾਂਜੀ। ਇਹੋ ਜਿਹੀ ਫਿਲਾਸਫੀ 'ਤੇ ਇਨਸਾਨੀਅਤ ਨੂੰ ਅਸੀਂ ਬੇਈਮਾਨੀ ਕਰ ਰਹੇ ਹਾਂ, ਹਾਂਜੀ, ਬੜੀ ਬੇਈਮਾਨੀ ਕਰ ਰਹੇ ਹਾਂ। ਲੈਟ ਮੀ ਗਿਵ ਯੂ ਫਿਊ ਐਗਜ਼ਾਮਪਲਸ, ਹਾਂਜੀ, ਸਾਡੇ ਵਿੱਚ ਲਿਖਿਆ ਆਸਾਈ ਦੇ ਬਾਰੇ, ਜੇਕਰ ਬੰਦਾ ਆਖੀਏ, ਹਾਂਜੀ, ਜਿਸ ਜੰਮੇ ਰਾਜਾਨ, ਮੈਕਸੀਮਮ ਲੜਕੀਆਂ ਦਾ ਗਰਭਪਾਤ ਵਿੱਚ ਕਿੱਥੇ ਹੋ ਰਿਹਾ ਹੈਗਾ, ਹਾਂਜੀ, ਪੰਜਾਬ ਵਿੱਚ ਜ਼ਮੀਨ ਕਰਕੇ, ਹਾਂਜੀ, ਮਾਨਸ ਕੀ ਜਾਤ ਸਭ ਇੱਕ ਪਛਾਣੋ, ਠੀਕ ਹੈ, ਗੁਰੂ ਮਹਾਰਾਜ ਨੇ ਤਾਂ ਬੋਲਿਆ ਕੋਈ ਜਾਤ ਧਰਮ ਕੋਈ ਚੀਜ਼ ਨਹੀਂ ਹੈ, ਹਾਂਜੀ, ਤੁਸੀਂ ਆਪਣੇ ਦਿਲ ਨੂੰ ਪੁੱਛੋ ਪੰਜਾਬ ਵਿੱਚ ਕਿੰਨਾ ਧਰਮ ਕਿੰਨੇ ਬਣੇ ਹੋਏ ਨੇ, ਹਾਂਜੀ, ਕੋਈ ਜੀ ਇਹ ਰਵੀਦਾਸ ਹੀ ਹੈ, ਕੋਈ ਇਹ ਵਾਲਾ ਹੈ, ਕੋਈ ਸੈਨੀ ਹੈ, ਕੋਈ ਇਹ ਵੇ, ਬੜਾ ਜ਼ਰੂਰੀ ਹੈ ਕਿ ਜਿੰਨਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਿਲਾਸਫੀ ਨੂੰ ਲੋਕਾਂ ਕੋਲ ਲੈ ਕੇ ਚੱਲੀਏ, ਅੱਗੇ ਚੱਲੀਏ, ਉਹ ਸਮਝਣ, ਇੱਕ ਵਾਰੀ ਉਹ ਸਮਝਣਗੇ, ਰੱਬ ਜਾਣਦਾ ਹੈ, ਉਹ ਕਹਿਣਗੇ ਤਾਂ ਕਮਾਲ ਹੈ, ਉਹ ਅਸੀਂ ਕਰ ਨਹੀਂ ਪਾ ਰਹੇ, ਉਹ ਹੁਣ ਕਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਜੂਕੇਸ਼ਨ ਦਿਓ, ਹਾਇਰ ਐਜੂਕੇਸ਼ਨ ਦਿਓ ਬੱਚਿਆਂ ਨੂੰ, ਅਤੇ ਸਭ ਨੇ ਕੋਈ ਇੰਜੀਨੀਅਰ ਡਾਕਟਰ ਨਹੀਂ ਬਣਨਾ, ਸਾਨੂੰ ਡਰਾਈਵਰ ਵੀ ਚਾਹੀਦੇ ਨੇ, ਨਰਸਿਸ ਵੀ ਚਾਹੀਦੇ ਨੇ, ਪਲੰਬਰ ਵੀ, ਇਲੈਕਟ੍ਰੀਸ਼ਨ ਵੀ, ਤਾਂ ਉਸ ਟਾਈਪ ਦੀਆਂ ਅਗਰ ਜਿਹੜਾ ਪੈਸਾ ਅਸੀਂ ਇੰਝ ਸੁੱਟਦੇ ਹਾਂ,
ਉਹਨੂੰ ਅਸੀਂ ਇਕੱਠੇ ਮਿਲ ਕੇ ਆਪਣੇ ਜਵਾਨ ਬੱਚਿਆਂ ਨੂੰ ਪੜ੍ਹਾਈਏ, ਇੰਪਲੋਇਮੈਂਟ ਦੇਈਏ, ਜਿੰਨਾ ਜਿੰਨਾ ਇਹਦੀ ਹੈਗਾ, ਹਰੇਕ ਆਰਕੀਟੈਕਟ ਬਣਾਉਣ ਦੀ ਲੋੜ ਨਹੀਂ ਹੈ, ਜਿੰਨਾ ਜਿੰਨਾ ਯੋਗਾ ਹੈਗਾ ਉਹਨੂੰ ਕਰਕੇ ਤਾਂ ਕਿ ਉਹ ਸੈਲਫ ਇੰਪਲਾਇਡ ਹੋਵੇ, ਉਹ ਚੀਜ਼ਾਂ ਆਉਣਗੀਆਂ ਅਤੇ ਆਪਣੇ ਆਪ ਡਰੱਗ ਪ੍ਰੋਬਲਮ ਖਤਮ ਹੋ ਜਾਣਗੀਆਂ, ਆਪਣੇ ਆਪ ਦੂਜੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਸਭ ਆਪਣੇ ਆਪ ਸਾਡਾ ਜਿਹੜੀ ਕਮਿਊਨਿਟੀ ਹੈ ਬਾਹਰ ਆ ਜਾਏਗੀ। ਉਹ ਇੱਕ ਬੜੀ ਚੀਜ਼ ਹੈ। ਇਲੈਕਸ਼ਨ ਦੀ ਜੋ ਮਰਜ਼ੀ ਮਾਰੋ, ਤੁਸੀਂ ਮੈਨੂੰ ਅਟੈਕ ਕਰੋ, ਮੈਂ ਤੁਹਾਨੂੰ ਕਰਾਂ, ਲੇਕਿਨ ਇੱਕ ਵਾਰ ਇਲੈਕਸ਼ਨ ਖਤਮ ਹੋ ਗਈ ਆ, ਫਿਰ ਆਪਣਾ ਦੇਸ਼ ਅਤੇ ਆਪਣੇ ਗੁਰੂ ਮਹਾਰਾਜ। ਵੈਸੇ ਰਿਚਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਲੰਮੇ ਪੁਲਿਸ ਜੀਵਨ, ਉਹਦੇ ਤਜਰਬੇ ਬਾਰੇ ਸਾਡੇ ਦਰਸ਼ਕਾਂ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਤੁਸੀਂ ਸਿੱਖ ਪੰਥ ਦੀ ਜਿਹੜੀ ਸੇਵਾ ਕੀਤੀ ਆ, ਉਹਦੇ ਬਾਰੇ ਆਪਣੇ ਤਜਰਬੇ ਦੱਸੇ ਆ, ਔਰ ਸਿੱਖ ਸਮਾਜ ਨੂੰ ਅੱਗੇ ਕੀ ਕਰਨਾ ਚਾਹੀਦਾ, ਇਹਦੇ ਬਾਰੇ ਜਾਣਕਾਰੀ ਦਿੱਤੀ ਆ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰੀਆ। ਪਿਆਰੇ ਦਰਸ਼ਕੋ, ਇਹ ਸਨ ਡਾਕਟਰ ਪਰਵਿੰਦਰ ਸਿੰਘ ਪਸਰੀਚਾ ਜੀ, ਜਿਨ੍ਹਾਂ ਨੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਬਾਰੇ, ਆਪਣੀ ਜ਼ਿੰਦਗੀ ਦੇ ਤਜਰਬੇ ਬਾਰੇ ਬਹੁਤ ਕੁਝ ਦੱਸਿਆ। ਅਗਲੀ ਵਾਰ ਕਿਸੇ ਹੋਰ ਅਹਿਮ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਂਗੇ। ਸ਼ੁਕਰੀਆ, ਧੰਨਵਾਦ।